ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜਤਿੰਦਰ ਸਿੰਘ ਰੰਦਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇਸ ਸਹਿਤਕ ਪ੍ਰੋਗਰਾਮ ਵਿੱਚ ਸਾਡੇ ਨਾਲ ਟ੍ਰਾਂਟੋ ਤੋਂ ਵਿਸ਼ੇਸ਼ ਤੌਰ ਤੇ ਇੱਕ ਅਜਿਹੀ ਸ਼ਖਸੀਅਤ ਬਰਾਜਮਾਨ ਸਾਡੇ ਕੈਲੀਫੋਰਨੀਆ ਸਟੂਡੀਓ ਵਿੱਚ ਅੱਜੋ ਬੈਠੇ ਆ ਮੇਰੀ ਮੁਰਾਦ ਡਾਕਟਰ ਪ੍ਰਗਟ ਸਿੰਘ ਬੱਗਾਹਵਰ ਡਾਕਟਰ ਪ੍ਰਗਟ ਸਿੰਘ ਬੱਗਾਹੋਰੀ ਜਿਨ੍ਹਾਂ ਨੇ ਕਿ ਪੰਜਾਬੀ ਮਾਂ ਬੋਲੀ ਤੇ ਬੜਾ ਕੰਮ ਕੀਤਾ ਇਹਨਾਂ ਨੇ ਅਜੇ ਹੀ ਇੱਕ ਖੋਜ ਕੀਤੀ ਆ ਜਿੱਤੋਂ ਇਹਨਾਂ ਨੇ ਇਹ ਸਾਰਾ ਕੁਝ ਪੜ੍ਹ ਕੇ ਤੇ ਇਹ ਨਤੀਜੇ ਕੱਢੇ ਆ ਕਿ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਸੀ ਉਹ ਕਿੱਥੇ-ਕਿੱਥੇ ਪ੍ਰਚਲਿਤ ਰਹੀ ਆ ਕੀ ਉਹਦਾ ਪਿਛਲਾ ਇਤਿਹਾਸ ਸੀਗਾ ਤੇ ਅੱਜ ਉਹ ਕਿੱਥੇ ਖੜੀ ਆ ਉਸ ਬਾਰੇ ਅਸੀਂ ਅੱਜ ਇਹਨਾਂ ਤੋਂ ਜਾਣਕਾਰੀ ਲਵਾਂਗੇ ਬੱਗਾ ਸਾਹਿਬ ਪੱਡਾ ਬਹੁਤ-ਬਹੁਤ ਸਵਾਗਤ ਥੈਂਕ ਯੂ ਵੈਰੀ ਮਚ ਬੋਸ ਸ੍ਰੀ ਕਾਲ ਜੀ ਬਹੁਤ ਪਿਆਰ ਤੇ ਸਤਿਕਾਰ ਨਾਲ ਪੰਜਾਬ ਮੇਲ ਯੂ ਐਸ ਏ ਦੇ ਜਿੰਨੇ ਵੀ ਦਰਸ਼ਕ ਬੈਠੇ ਨੇ ਉਹਨਾਂ ਲਈ ਬਹੁਤ ਨਿੱਘਾ ਪਿਆਰ ਸਸਰੀ ਕਾਲ ਜੀ ਬਗਾ ਸਭ ਪਹਿਲਾਂ ਤਾਂ ਤੁਹਾਡੇ ਨਾਲ ਗੱਲਬਾਤ ਕਰੀਏ ਤੁਸੀਂ ਇਸ ਵੇਲੇ ਅੱਜ ਕੱਲ ਕਿਹੜੇ ਥਾਂ ਤੇ ਸਥਾਪਿਤ ਹੈਗੇ ਕਿੱਥੇ ਮੌਜੂਦ ਹੋ ਅੱਜ ਕੱਲ ਮੈਂ ਕੈਨੇਡਾ ਦਾ ਸ਼ਹਿਰ ਬਰਲਿੰਗਟਨ ਹੈ ਉੱਥੇ ਰਹਿ ਰਹੇ ਹਾਂ ਜੀ ਅੱਜ ਔਰ ਪੰਜਾਬੀ ਸਾਇਦ ਦੇ ਨਾਲ ਜੁੜਿਆ ਹਾਂ ਮੈਂ ਕਿੰਨੀ ਕੁ ਦਿਰ ਹੋ ਗਈ ਤੁਹਾਨੂੰ ਉੱਥੇ ਰਹਿੰਦੇ ਨੂੰ ਮੈਂ ਉੱਥੇ 2005 ਚ ਆਇਆ ਸੀ 2005 ਜੀ ਬਹੁਤ ਕੁਝ ਦੇਖ ਲਿਆ ਹੁਣ ਉਹ ਪੰਜਾਬੀ ਬੋਲੀ ਅੱਜ ਕਿੱਥੇ ਖੜੀ ਹੈ 2005 ਤੋਂ ਹੁਣ ਤੱਕ ਦੇਖ ਲਿਆ ਜੀ ਔਰ ਜਿਉਂ ਪੈਦਾ ਹੋਇਆ ਮੈਂ ਜਨਮ ਹੋਇਆ ਮੇਰਾ ਹੁਣ ਤੱਕ ਜੀ ਉਹ ਵੀ ਪੰਜਾਬੀ ਦਾ ਬਹੁਤ ਕੁਝ ਦੇਖਿਆ ਮੈਂ ਜੀ ਜੀ ਸਾਡੀ ਮੁੱਢਲੀ ਸਿੱਖਿਆ ਦਾ ਮੇਰੇ ਖਿਆਲ ਇੰਜੀਨੀਅਰਿੰਗ ਨਾਲ ਰਿਲੇਟਡ ਜੀ ਹੁਣ ਮੈਂ ਰਿਟਾਇਰਡ ਹੋ ਕੇ ਜੀ ਐਨਈ ਤੋਂ ਪਤਾ ਲੱਗਿਆ ਸੀ ਤੁਹਾਡਾ ਹਾਂ ਜੀ ਕਿ ਉਹ ਅੱਜ ਮੈਂ ਅੱਜ ਕੱਲ ਇਥੇ ਕੈਨੇਡਾ ਸੈਟਲ ਨਾ ਇਥੇ ਕੈਨੇਡਾ ਆ ਕੇ ਮੈਂ ਥੋੜੀ ਦੇਰ ਬਿਜ਼ਨਸ ਕੀਤਾ ਜੀ ਔਰ ਇਥੇ ਟੋਰਸਪੈਕ ਇੰਟਰਨੈਸ਼ਨਲ ਇੰਜੀਨੀਅਰਿੰਗ ਕੰਪਨੀ ਉਹਦੇ ਚ ਆ ਕੇ ਪ੍ਰੋਜੈਕਟ ਇੰਜੀਨੀਅਰ ਦਾ ਕੰਮ ਕੀਤਾ ਜੀ ਜੀ ਹੁਣ ਮੈਂ ਰਿਟਾਇਰਡ ਹਾਂ ਤਿਲ ਕੋ ਰਿਟਾਇਰ ਨਹੀਂ ਪਰ ਤੁਸੀਂ ਤਾਂ ਕੰਮ ਉਹ ਕਰ ਰਹੇ ਪੰਜਾਬੀ ਮਾਂ ਬੋਲੀ ਦੇ ਇਹ ਕੋਈ ਸ਼ੱਕ ਨਹੀਂ ਕਿ ਮੇਰੇ ਪਰਿਵਾਰ ਤੇ ਮੇਰੀ ਕੋਈ ਅਸੀ ਲਾਇਬਿਲਟੀ ਨਹੀਂ ਹੈਗੀ ਜੀ ਜੀ ਮੇਰੇ ਮੈਂ ਆਪਣੇ ਬੇਟੇ ਨਾਲ ਰਹਦੇ ਹਾਂ ਮੇਰੀ ਨੂ ਰਾਣੀ ਹੈਗੀ ਮੇਰੀ ਵਾਈਫ ਹੈ ਔਰ ਬੱਚੇ ਹੈ ਦੋ ਔਰ ਉਹਨਾਂ ਵੱਲੋਂ ਮੈਨੂੰ ਖੁੱਲੀ ਛੁੱਟੀ ਹੈ ਕਿ ਪਾਪਾ ਜੋਤੋਂ ਜ਼ਿੰਦਗੀ ਚ ਕਰਨਾ ਕਰ ਲਿਆ ਬਹੁਤ ਅੱਛਾ ਪਲੇਟਫਾਰਮ ਦਿੱਤਾ ਬੱਚੇ ਸੈਟਲ ਆ ਮੇਰੇ ਔਰ ਹੁਣ ਤੁਸੀਂ ਜ਼ਿੰਦਗੀ ਚ ਦੋ ਤੁਹਾਡਾ ਕੰਮ ਰਹਿ ਗਿਆ ਨਾ ਕਰਨ ਵਾਲਾ ਤੇ ਕਿ ਤੁਹਾਡੀ ਹਸਰਤ ਸੀ ਕਿ ਮੈਂ ਆਹ ਕੰਮ ਨਹੀਂ ਕਰ ਸਕਿਆ ਜੀ ਜੀ ਉਹ ਕਹਿੰਦਾ ਮੇਰਾ ਬੇਟਾ ਕਹਿੰਦਾ ਹੁਣ ਤੁਸੀਂ ਉਹ ਕਰੋ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਤੁਹਾਨੂੰ ਪੰਜਾਬੀ ਮਾਂ ਬੋਲੀ ਨਾਲ ਪਿਆਰ ਸੀ ਅਖੀਰ 'ਚ ਤੁਸੀਂ ਇਹੋ ਸੋਚਿਆ ਵੀ ਹੁਣ ਇਹਨੂੰ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰੀਏ ਤੇ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਨਾਲ ਜੋੜੀਏ। ਉਹਨਾਂ ਜਨਰੇਸ਼ਨ ਨਾਲ ਕਿਉਂਕਿ ਇਸ ਵਕਤ ਜ਼ਰੂਰ ਹੈ ਕਿ ਦੇਖੋ ਸਾਡੀ ਏਜ ਗਰੁੱਪ ਜਿਹੜਾ ਹੈਗਾ ਅਸੀਂ ਤੇ ਪੂਰਾ ਜੋ ਪੰਜਾਬੀ ਮਾਂ ਬੋਲੀ ਦੇ ਕਰ ਸਕਦੇ ਸੀ ਕਰ ਵੀ ਰਹੇ ਆ ਕਰ ਚੁੱਕੇ ਆ। ਇਸ ਵਕਤ ਜਿਹੜੀ ਮੇਨ ਜ਼ਰੂਰਤ ਹੈ ਉਹ ਸਾਡੀ ਜੰਗ ਜਨਰੇਸ਼ਨ ਦੇ ਨਾਲ ਜ਼ਰੂਰਤ ਹੈ। ਔਰ ਖਾਸ ਕਰਕੇ ਕੈਂਡੀਡੇਟਾਂ ਦੀ ਧਰਤੀ ਤੇ ਨਾ ਇੱਥੇ ਦੇਖਿਆ ਯੂਐਸ ਨਾਰਥ ਜਿੰਨਾ ਅਮਰੀਕਾ ਹੈ ਕਿ ਮੈਂ ਦੇਖਿਆ ਹੈਗਾ। ਇਹ ਜਿਹੜਾ ਜੰਗਤ ਜਨਰੇਸ਼ਨ ਹੈ ਉਹ ਬਿਲਕੁਲ ਇੰਟਰਸਟ ਹੋਣੇ ਕਾਇਦੇ ਲਈ ਜੀ ਤੋਂ ਇਸ ਕਰਕੇ ਮੈਂ ਮੈਂ ਇੱਕ ਪਿਛੇ ਆਰਟੀਕਲ ਲਿਖਿਆ ਸੀ ਕਿ ਮਾਂ ਬੋਲੀ ਪੰਜਾਬੀ ਨੂੰ ਜ਼ਿੰਦਾ ਰੱਖਣ ਲਈ ਮਾਵਾ ਅੱਗੇ ਹੋਣ ਜੀ ਜਦੋਂ ਤੱਕ ਮਾਵਾ ਇਹਦੇ ਵਿੱਚ ਆਪਣਾ ਰੋਲ ਅਦਾ ਨਹੀਂ ਕਰਦੀਆਂ ਕਿਉਂਕਿ ਇੱਕ ਮਾਂ ਦੀ ਆਵਾਜ਼ ਨੂੰ ਬੱਚਾ ਬੜੀ ਸੰਜੀਦਗੀ ਨਾਲ ਨਹੀਂ ਸਮਝਦਾ ਜੀ ਬਿਲਕੁਕੁਲ ਇਸ ਕਰਕੇ ਜੇ ਮਾਵਾ ਕੋਸ਼ਿਸ਼ ਕਰਨ ਔਰ ਬੱਚਿਆਂ ਨੂੰ ਥੋੜੀ ਜਿਹੀ ਹਰ ਚੀਜ਼ ਸਿਖਾਉਣ ਕਿ ਪੰਜਾਤ ਇਹ ਚ ਸਾਡੀ ਜਿਹੜੀ ਇਸ ਵਕਤ ਮੈਨੂੰ ਬਹੁਤ ਵੱਡੀ ਘਾਟ ਮੈਨੂੰ ਨੇ ਜਿੰਨੇ ਵੀ ਪੰਜਾਬੀ ਬੋਲੀ ਦੇ ਚਿੰਤਕ ਬੈਠੇ ਆ ਮੇਰਾ ਖਿਆਲ ਹੈ ਸਾਡੀ ਚਿੰਤਾ ਦੂਰ ਹੋ ਸਕਦੀ ਹੈ ਪੰਜਾਬੀ ਬੋਲੀ ਹਮੇਸ਼ਾ ਜਿਆਜਕਾਰ ਹੋਏਗੀ ਜੀ ਬਹੁਤ ਅੱਛਾ ਤੁਹਾਡੀ ਬੜੀ ਖੋਜ ਕੱਲ ਸਾਡੀ ਇੱਥੇ ਕਾਨਫਰੰਸ ਸੀ ਜਿਹੜੀ ਤੇ ਉਹਦੇ ਵਿੱਚ ਤੁਸੀਂ ਇੱਕ ਕਿ ਲੈਕਚਰ ਜਿਹੜਾ ਦਿੱਤਾ ਸੀਗਾ ਆਪਣੇ ਪੋਸ਼ਣ ਦੌਰਾਨ ਤੁਸੀਂ ਬਹੁਤ ਸਾਰੇ ਅਜਿਹੇ ਖਿੱਤੇ ਉੱਥੇ ਸਾਨੂੰ ਗੁਨਾਏ ਸੀ ਕਿ ਜੇ ਜਿਹੜੀ ਪੰਜਾਬੀ ਬੋਲੀ ਆ ਉਹ ਕਿੱਥੋਂ ਸ਼ੁਰੂ ਹੋਈ ਤੇ ਕਿੱਥੋਂ ਤੱਕ ਚੱਲਦੀ ਸੀ ਅੱਜ ਜਿਹੜੀ ਪੰਜਾਬੀ ਮਾਂ ਬੋਲੀ ਜਿਹੜੀ ਸਾਡੀ ਹੈਗੀ ਉਹ ਸੀਮਤ ਹੋ ਕੇ ਰਹਿ ਗਈ ਭਾਵੇਂ ਕਿ ਅਸੀਂ ਸਾਡੇ ਜਿਹੜੇ ਲੋਕ ਆ ਉਹ ਦੁਨੀਆ ਭਰ ਚ ਚਲੇ ਗਏ ਆ ਪਰ ਜਿਹੜੀ ਸਾਡੀ ਬੋਲੀ ਆ ਉਹ ਸੰਗੜ ਗਈ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਰਸਲ ਪੰਜਾਬੀ ਜੇਕਰ ਪੰਜਾਬ ਮਾਂ ਬੋਲੀ ਪੰਜਾਬੀ ਦੇ ਖੇਤਰ ਦੀ ਗੱਲ ਕਰੀਏ ਨਾ ਜੀ ਮਾਂ ਬੋਲੀ ਪੰਜਾਬੀ ਦਾ ਘੇਰਾ ਬਹੁਤ ਵੱਡਾ ਹੈ ਜੀ ਜੀ ਮਾਂ ਬੋਲੀ ਪੰਜਾਬੀ ਦਾ ਖੇਤਰ ਬੜਾ ਵਿਸ਼ਾਲ ਹੈ ਜੀ ਇੰਨਾ ਵਿਸ਼ਾਲ ਇਤਨਾ ਵਿਸ਼ਾਲ ਕਿ ਮਾਂ ਬੋਲੀ ਪੰਜਾਬੀ ਨੇ ਪੰਜਾਬ ਸੂਬੇ ਦਾ ਭੂਗੋਲ ਖੇਤਰ ਦੀਆਂ ਸਾਰੀਆਂ ਹੱਦਾਂ ਬੰਨਿਆਂ ਨੂੰ ਟੱਪ ਕੇ ਅੱਜ ਪੂਰੇ ਵਿਸ਼ਵ ਨੂੰ ਆਪਣੇ ਬਕੌਲ ਵਿੱਚ ਲਿਆ ਹੋਇਆ ਹੈ ਜੀ ਜੀ ਪੂਰੇ ਸੰਸਾਰ ਨੂੰ ਆਪਣੇ ਕੁਲਾਵੇ ਵਿੱਚ ਮਾਂ ਬੋਲੀ ਨੂੰ ਲਿਆਵਿਆ ਜੀ ਜੀ ਮਾਂ ਬੋਲੀ ਪੰਜਾਬੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਪੰਜਾਬੀ ਗੀਤ ਸੰਗੀਤ ਪੰਜਾਬੀ ਸਾਹਿਤ ਹਮ ਤੇ ਪੰਜਾਬੀ ਨਾਲ जोडਿਆ ਹੋਇਆ ਪੰਜਾਬ ਪੰਜਾਬੀਅਤ ਇਸ ਨੂੰ ਐਸੇ ਖੇਤਰ ਵਿੱਚ ਵਿਕਸਤ ਹੋਣ ਦਾ ਮਾਣ ਪ੍ਰਾਪਤ ਹੈ ਮਾਂ ਬੋਲੀ ਪੰਜਾਬੀ ਨੂੰ ਜਿਸ ਨੂੰ ਅੱਜ ਬੜੇ ਆਦਰ ਤੇ ਸਤਿਕਾਰ ਦੇ ਨਾਲ ਦੇਪ ਭੂਮੀ ਕਿਹਾ ਜਾਂਦਾ ਹੈ ਜੀ ਜੀ ਉਹੀ ਦੇਪ ਭੂਮੀ ਜਿਸ ਨੂੰ ਕਿਸੇ ਵੱਲੇ ਉਜਧਿਆ ਨਗਰੀ ਕਿਹਾ ਜਾਂਦਾ ਸੀ ਉਹੀ ਉਜਧਿਆ ਨਗਰੀ ਜਿਸ ਨੂੰ ਕਿਸੇ ਵੱਲੇ ਮੋਦਰ ਦੇਸ਼ ਕਿਹਾ ਜਾਂਦਾ ਪੰਜਾਬ ਸਟੇਟ ਨਹੀਂ ਹੈ ਪੰਜਾਬ ਸਟੇਟ ਨਹੀਂ ਹੈ ਪੰਜਾਬ ਪ੍ਰਾਂਤ ਵੀ ਨਹੀਂ ਹੈ ਪੰਜਾਬ ਇੱਕ ਦੇਸ਼ ਹੈ ਅਸੀਂ ਉਹ ਜਦੋਂ ਅਸੀਂ ਚੌਥੀ ਪੰਜਵੀਂ ਪੜ੍ਹਦੇ ਸੀਗੇ ਅਸੀਂ ਕਵਿਤਾ ਪੜ੍ਹਦੇ ਹੁੰਦੇ ਸੀ ਸੋਨਾ ਦੇਸ਼ਾਂ ਚ ਉਹ ਦੇਸ਼ ਪੰਜਾਬ ਨਹੀਂ ਸੀ ਇਹ ਤਾਂ ਪੰਜਾਬ ਇੱਕ ਦੇਸ਼ ਹੈ ਔਰ ਉਸ ਵਕਤ ਇਦਾਂ ਵੱਡਾ ਦੇਸ਼ ਸੀ ਸੋਲੇਮਾਨ ਪਹਾੜ ਤੋਂ ਲੈ ਕੇ ਜਮਨਾ ਤੱਟ ਦੇ ਹਰੇ ਭਰੇ ਤੇ ਖੁੱਲੇ ਡੁੱਲੇ ਮੈਦਾਨਾਂ ਤੱਕ ਜੀ ਇੱਕ ਵੇਲੇ ਪੰਜਾਬੀ ਦੀ ਤੂਤੀ ਬੋਲ ਦਿੰਦੀ ਸੀ ਆਹ ਦਰਿਆ ਖੈਬਰ ਤੋਂ ਲੈ ਕੇ ਮਾਚਲ ਪ੍ਰਦੇਸ਼ ਹਰਿਆਣਾ ਜੀ ਉਹ ਦਿੱਲੀ ਦੇ ਦੂਰ ਨੇੜੇ ਜਾ ਕੇ ਸਥਿਤ ਗੋੜਾ ਗੁਰਗਾਮਾ ਤੱਕ ਫੈਲਿਆ ਹੋਇਆ ਪੂਰੇ ਦਾ ਪੂਰਾ ਹਸ ਦਾ ਵਸ ਦਾ ਪੰਜਾਬ ਇੱਕ ਸਮੇਂ ਮਹਾ ਪੰਜਾਬ ਕਹਿੰਦਾ ਹੁੰਦਾ ਸੀ। ਔਰ ਉਥੋਂ ਦੀ ਪ੍ਰਚਲਿਤ ਬੋਲੀ ਜੀ ਸਿਰਫ ਤੇ ਸਿਰਫ ਮਾਂ ਬੋਲੀ ਪੰਜਾਬੀ ਬੋਲੀ ਹੁੰਦੀ ਸੀ। ਰਾਣੀ ਤੇ ਪਟਰਾਣੀ ਬੋਲੀ ਮਾਂ ਹੁੰਦੀ ਸੀ ਉੱਤੇ। ਵਾਹ ਬਹੁਤ ਅੱਛੇ ਬੜਾ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਕਿੱਥੋਂ ਸ਼ੁਰੂ ਹੋਈ ਖੈਬਰ ਪਖਤੂਨ ਤੋਂ ਲੈ ਕੇ ਅੱਗੇ ਸ਼ੁਰੂ ਹੋ ਕੇ ਤੇ ਤੁਸੀਂ ਗੜਗਾਵਾਵਾਂ ਤੱਕ ਲੈ ਕੇ ਪੰਜਾਬੀ ਮਾਂ ਬੋਲੀ ਨੂੰ ਕੋਈ ਸਮਾਂ ਸੀ ਜਦੋਂ ਰਾਜ ਕਰਦੀ ਸੀ ਪੰਜਾਬੀ ਮਾਂ ਬੋਲੀ ਉਹ ਪਸ਼ਾਬਰਨੀ ਦਾ ਮਤਲਬ ਤਾਂ ਇਹੋ ਆ ਜਿਹੜੀ ਰਾਜ ਕਰੇ ਪਸ਼ਾਬਰ ਕੀ ਹਾਂ ਪਸ਼ਾਬਰ ਦਾ ਮਾਲ ਰੋਡ ਕੀ ਜੀ ਪਸ਼ਾਬਰ ਦਾ ਜਿਹੜਾ ਮੇਨ ਬਾਜ਼ਾਰ ਹੈ ਜੀ ਉਹਦੇ ਵਿੱਚ ਬੜਾ ਭੀੜ ਭੜਕੇ ਵਾਲਾ ਬੜਾ ਗਹਿਮਾ ਗਹਿਮੀ ਵਾਲਾ ਇਲਾਜ ਜੀ ਜੀ ਉੱਥੇ ਸਾਰੇ ਪੰਜਾਬੀ ਚ ਹੀ ਬੋਲਦੇ ਸਨ ਉੱਤਰ ਦੱਖਣ ਪੂਰਬ ਪੱਛਮ ਹਰ ਪਾਸੇ ਪੰਜਾਬੀ ਪੰਜਾਬੀ ਪੰਜਾਬੀਆ ਡਾਂਕਾ ਵੱਜਦਾ ਸੀ ਉੱਥੇ ਵਾਹ ਵਾਹ ਪਰ ਤੁਸੀਂ ਇਸ ਤਰੀਕੇ ਨਾਲ ਅੱਜ ਇੱਕ ਤਾਂ ਹੁਣ ਬੰਦਾ ਵੈਸੇ ਦੱਸਦਾ ਜਿਸ ਢੰਗ ਨਾਲ ਤੁਸੀਂ ਅੱਜ ਸਾਡੀ ਬੋਲੀ ਬਾਰੇ ਉਦੋਂ ਦੇ ਜਿਹੜੀ ਜੀਓਗ੍ਰਾਫੀਆ ਕਹਿੰਦੇ ਆਪਾਂ ਤੁਸੀਂ ਆਪਣੀ ਪੇਸ਼ਕਾਰੀ ਕੀਤੀ ਹੋਇਆ ਲੱਗਦਾ ਵੀ ਅਸੀਂ ਪਹੁੰਚ ਗਏ ਉੱਥੇ ਮੇਰੇ ਦਿਲ ਚ ਬਸਿਓ ਆ ਇਦੋਂ ਕਸ਼ਮੀਰ ਤੇ ਸ਼੍ਰੀਨਗਰ ਦਾ ਜਿਹੜਾ ਲਾਲ ਚੌਕ ਦਾ ਭੀੜ ਭੜਕੇ ਵਾਲਾ ਬਾਜ਼ਾਰ ਵਾਹ ਉੱਥੇ ਦੁਕਾਨਦਾਰ ਆਪਣੇ ਗਾਹਕਾਂ ਦੇ ਨਾਲ ਪੂਰੀ ਠੇਠ ਪੰਜਾਬੀ ਵਿੱਚ ਤਜਾਰਤਾਂ ਕਰਦੇ ਸਨ ਵਾਹ ਵਾਹ ਪੈਸਿਆਂ ਦਾ ਲੈਣ-ਦੇਣ ਪੰਜਾਬੀ ਵਿੱਚ ਜੀ ਫਸਲਾਂ ਦੇ ਦਸਲਾਂ ਦਾ ਭਾਅ ਪੰਜਾਬੀ ਵਿੱਚ ਨਿਸ਼ਚਿਤ ਹੁੰਦਾ ਸੀ ਵਾਹ ਤੇ ਹਰ ਕੰਮ ਉਤੇ ਪੰਜਾਬੀ ਪੰਜਾਬੀ ਵਿੱਚ ਹੁੰਦਾ ਤੁਸੀਂ ਇਸ ਤਰੀਕੇ ਨਾਲ ਨਕਸ਼ਾ ਪੇਸ਼ ਕਰ ਰਹੇ ਹੋ ਵੀ ਜਿਵੇਂ ਅਸੀਂ ਨਾ ਉਹ ਸਾਡੇ ਸਾਹਮਣੇ ਉਹ ਸੀਨ ਆ ਜਾਂਦਾ ਵੀ ਕੀ ਹੋ ਰਿਹਾ ਪੰਜਾਬੀ ਉੱਥੇ ਸ਼ਿਮਲੇ ਦੇ ਵਿੱਚ ਮਾਰ ਰੋਡ ਤੇ ਖੜੇ ਟਾਂਗਿਆਂ ਵਾਲੇ ਆਪਣੀਆਂ ਸਵਾਰੀਆਂ ਦੇ ਨਾਲ ਪੰਜਾਬੀ ਚ ਗੱਪਾਂ ਛੱਪਾਂ ਦੁੱਖ ਸੁੱਖ ਫਰੋਲ ਦੇ ਫਰਾਲ ਦੇ ਮੀਲਾਂ ਵੱਧੀ ਸਫ਼ਰ ਤੈਅ ਕਰ ਲੈਂਦੇ ਸਨ ਅੰਬਾਲਾ ਸ਼ਹਿਰ ਜੀ ਮਾਡਲ ਟਾਊਨ ਅੰਬਾਲੇ ਚ ਹੋਣੀ ਦਾ ਜਿਹੜਾ ਪੁਰਾਣਾ ਬਾਜ਼ਾਰ ਭੀੜ ਭੜੱਕੇ ਵਾਲਾ ਉਥੇ ਲੋਕੀ ਇੱਕ ਦੂਜੇ ਨੂੰ ਉੱਚੀ ਉੱਚੀ ਪੰਜਾਬੀ ਵਿੱਚ ਆਵਾਜ਼ਾਂ ਮਾਰਦੇ ਪੰਜਾਬੀ ਵਿੱਚ ਖਰੀਦ ਫਰੋਖਤ ਹੁੰਦੀ ਪੰਜਾਬੀ ਵਿੱਚ ਲੜਦੇ ਪੰਜਾਬੀ ਵਿੱਚ ਝਗੜਦੇ ਪੰਜਾਬੀ ਵਿੱਚ ਗਾਲਾਂ ਕੱਢਦੇ ਪੰਜਾਬੀ ਵਿੱਚ ਮੁਹੱਬਤਾਂ ਪਾਉਂਦੇ ਸਨ ਐਡਾ ਬੜਾ ਬਹੁਤ ਬਹੁਤ ਅੱਛੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਅੱਛਾ ਇਹ ਤਾਂ ਹੋ ਗਿਆ ਜੀ 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 ਜ ਇਹਦਾ ਕੋਈ ਇਤਿਹਾਸ ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ ਬਿਲਕੁਲ ਜੋ ਦਰਸਲ ਜੋ ਮਾਂ ਬੋਲੀ ਪੰਜਾਬੀ ਦਾ ਇਤਿਹਾਸ ਹੈ ਨਾ ਜੀ ਇਤਿਹਾਸ ਕੁੱਖੋਂ ਹੀ ਬੜੀ ਅਮੀਰ ਪਛਾਣ ਹੈ ਜੀ ਜੀ ਬੜਾ ਗੌਰਵਸ਼ਾਲੀ ਇਤਿਹਾਸ ਹੈ ਬੜਾ ਜ਼ਹੀਨ ਇਤਿਹਾਸ ਹੈ ਮਾਂ ਬੋਲੀ ਪੰਜਾਬੀ ਮਾਂ ਬੋਲੀ ਪੰਜਾਬੀ ਦਾ ਇਤਿਹਾਸ ਬੇਸ਼ੱਕ ਹਜ਼ਾਰਾਂ ਸਾਲ ਪੁਰਾਣਾ ਹੈ ਜੀ ਜੀ ਕਿੱਥੇ ਬਾਬਾ ਫਰੀਦ ਤੋਂ ਸ਼ੁਰੂ ਹੋ ਜਾਓ ਹਜ਼ਾਰਾਂ ਸਾਲ ਪੁਰਾਣਾ ਹੈ ਲੇਕਿਨ ਇਸ ਪਾਸ਼ਾ ਦੇ ਵਿੱਚ ਗੁਰਮੁਖੀ ਲਿਪੀ ਦੀ ਮਿਆਰੀ ਕਰਨ ਕਰਕੇ ਦੂਸਰੇ ਪਾਸ਼ਾ ਧਨ ਧਨ ਗੁਰੂ ਅੰਗਦ ਦੇ ਮਹਾਰਾਜੀ ਨੇ ਮਾਂ ਬੋਲੀ ਪੰਜਾਬੀ ਦੇ ਮੂੰਹ ਮਹਾਂਦਿਰੇ ਨੂੰ ਸੰਭਾਲ ਲਿਆ ਵਾਹ ਤਰਾਸ਼ਿਆ ਵਾਹ ਬੜੀ ਬੜੀ ਰੀਜ ਦੇ ਨਾਲ ਤਰਾਸ਼ਿਆ ਜੀ ਸੰਭਾਲ ਲਿਆ ਪਿਆਰਿਆ ਤੇ ਇਹਦੇ ਨਾਲ ਨਾਲ ਸਤਕਾਰਿਆ ਵੀ ਜੇ ਗੱਲ ਸਤਕਾਰਤੀ ਕਰੀਏ ਜੀ ਤੇ ਇਸ ਭਾਸ਼ਾ ਦੇ ਵਿੱਚ ਸਮਰੱਥ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜਨਾ ਕਰਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਮਾਂ ਬੋਲੀ ਪੰਜਾਬੀ ਨੂੰ ਮਣਾ ਮੁਹੀ ਮਾਨ ਤਾਨ ਆਨ ਬਾਨ ਛਾਂ ਦੇ ਨਾਲ ਮਾਲਾ ਮਾਲ ਕਰਾ। ਵਾਹ ਵਾਹ। ਐਡਾ ਵੱਡਾ ਇਤਿਹਾਸ ਹੈ। ਬਹੁਤ ਅੱਛੇ ਬਹੁਤ ਅੱਛੇ। ਹੁਣ ਆਪਾਂ ਜੇ ਗੱਲ ਕਰਦੇ ਆਂ ਇੰਨਾ ਕੁਝ ਸਾਡੇ ਗੁਰੂਆਂ ਨੇ ਫਕਰਾ ਨੇ ਫਕੀਰਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਇੰਨੀ ਮਹਾਨ ਪੰਜਾਬੀ ਮਾਂ ਬੋਲੀ ਦਿੱਤੀ ਆ ਪਰ ਬਹੁਤ ਸਾਰੇ ਬੱਚੇ ਜਿਹੜੇ ਆ ਅੱਜ ਦੇ ਜਮਾਨੇ 'ਚ ਜਿਹੜੇ ਆ ਹੁਣ ਜਿਹੜਾ ਦੌਰ ਚੱਲ ਰਿਹਾ ਉਦੋਂ ਬੱਚੇ ਪੰਜਾਬੀ ਮਾਂ ਬੋਲੀ ਦਾ ਟੁੱਟ ਰਿਹਾ ਇਹਦਾ ਕੋਈ ਹੈ ਇਹਦਾ ਕੋਈ ਆਪਾਂ ਸੰਭਾਲ ਸਕਦੇ ਆ ਇਹ ਸਾਡੀ ਤਰਾਸਦੀ ਹੈ ਜੀ ਸਾਡੀ ਬਹੁਤ ਬੜੀ ਤਰਾਸਦੀ ਹੈ ਸਾਡਾ ਮਾਂ ਬੋਲੀ ਪੰਜਾਬੀ ਦਾ ਬਹੁਤ ਬੜਾ ਦੁੱਖ ਹੁੰਦਾ ਹੈ ਜੀ ਲੇਕਿਨ ਕੀ ਅਸੀਂ ਅਗਰ ਅੱਜ ਦੀ ਨੌਜਵਾਨ ਪੀੜ੍ਹੀ ਅਗਰ ਇਸ ਪੱਖੋਂ ਮਾਂ ਬੋਲੀ ਪੰਜਾਬੀ ਨੂੰ ਅਡਾਪਟ ਨਹੀਂ ਕਰ ਰਹੀ ਹੂੰ ਪੰਜਾਬੀ ਬੋਲਣਾ ਪਸੰਦ ਨਹੀਂ ਕਰਦੇ ਹੂੰ ਕੀ ਅਸੀਂ ਬੱਚਿਆਂ ਦਾ ਕਸੂਰ ਮੰਨੀਏ ਅੱਛਾ ਅਸੀਂ ਇਹ ਤੇ ਬੱਚਿਆਂ ਨੂੰ ਦੋਸ਼ੀ ਨਹੀਂ ਠਾ ਅਕਸਰ ਸਾਡੇ ਤਾਂ ਬੱਚੇ ਹੀ ਹੈ ਨਾ ਉਹ ਹੋਰ ਵੀ ਕਈ ਗਲਤ ਕੰਮ ਕਰਦੇ ਬੱਚੇ ਕੀ ਇਸ ਨੂੰ ਖੁੱਲਾ ਛੱਡ ਦੇ ਅਸੀਂ ਸਮਝਾਉਂਦੇ ਆ ਪਿਆਰ ਦੇ ਨਾਲ ਬਿਠਾਉਂਦੇ ਆ ਬੇਟਾ ਇਦਾਂ ਨਹੀਂ ਇਸ ਕਰਕੇ ਅਗਰ ਅਗਰ ਅੱਜ ਬੱਚੇ ਟੁੱਟੀ ਜਾ ਰਹੇ ਆ ਪੰਜਾਬੀ ਬੋਲੀ ਨਾਲੋਂ ਤੋ ਸਭ ਤੋਂ ਪਹਿਲਾਂ ਮਾਮਾ ਕਿਉਂ ਨਹੀਂ ਇਸਕਾ ਜੀ ਮਾਮਾ ਆਪਣਾ ਰੋਲ ਇਨੀ ਸ਼ਿੱਦਤ ਨਾਲ ਨਿਭਾ ਸਕਦੀਆਂ ਜੀ ਜੀ ਤੇ ਮਾਂ ਬੋਲੀ ਪੰਜਾਬੀ ਫਿਰ ਹਰੀ-ਭਰੀ ਹੋ ਸਕਦੀ ਆ ਇਹਨਾਂ ਬੱਚਿਆਂ ਨੂੰ ਪਿਆਰ ਨਾਲ ਸਤਕਾਰ ਦੇ ਨਾਲ ਇੱਕ ਮਾਂ ਜਿਹੜੀ ਮਿੱਠੀ ਜਿਹੀ ਛਿੜਕੀ ਦੇ ਕੇ ਜੀ ਜੀ ਬੱਚੇ ਨੂੰ ਇਸ ਇਸ ਰਾਸਤੇ ਤੋ ਹੋ ਸਕਦੀ ਐ ਔਰ ਮਾਂ ਬੋਲੀ ਪੰਜਾਬੀ ਫਿਰ ਪਰਫੁੱਲ ਹੋ ਸਕਦੀ ਐ ਲੇਕਿਨ ਇਹ ਜੋ ਮਾਂ ਬੋਲੀ ਐ ਇਸ ਦੇ ਨਾਲ ਟੁੱਟਣਾ ਜੀ ਸਾਡੇ ਲਈ ਬਹੁਤ ਹੀ ਅਸੀਂ ਅੱਜ ਆਪਣੀ ਮਾਂ ਬੋਲੀ ਨੂੰ ਜਿਹੜੀ ਏਡੀ ਅਮੀਰ ਭਾਸ਼ਾ ਹੈ ਉਹਨੂੰ ਅਸੀਂ ਸੁਣ ਲੈ ਐਸੈਪਟ ਕਰ ਰਹੇ ਹਾਂ ਕਿ ਇਹ ਪੇਂਡੂਆਂ ਦੀ ਭਾਸ਼ਾ ਗੁਵਾਰਾਂ ਦੀ ਭਾਸ਼ਾ ਹੈ ਤੇ ਅਸੀਂ ਕਾਬਲ ਕਬੂਲ ਕਰ ਰਹੇ ਹਾਂ تسلیم ਕਰ ਰਹੇ ਹਾਂ ਇਹ ਵਿਸ਼ਾ ਜੋ ਹੈ ਚਿੰਤਾਜਨਕੀ ਨਹੀਂ ਬਲਕਿ ਸ਼ਰਮਨਾਕ ਵੀ ਅਸਲ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਟੋਰਾਂਟੋ ਸ਼ਹਿਰ 'ਚ ਤੇ ਉੱਥੇ ਵੀ ਤੁਸੀਂ ਪੰਜਾਬੀ ਮਾਂ ਬੋਲੀ ਦਾ ਬੜਾ ਪ੍ਰਚਾਰ ਕਰ ਰਹੇ ਹੋ ਉੱਥੇ ਕੀ ਕੀ ਉਪਰਾਲੇ ਹੋ ਰਹੇ ਆ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਕਿਥੇ ਇੱਕ ਤਾਂ ਮਾਂ ਬੋਲੀ ਪੰਜਾਬੀ ਲਈ ਸਾਡੇ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਜੀ ਉਹਨਾਂ ਨੇ ਇੱਕ ਵਿਸ਼ੇ ਪੰਜਾਬੀ ਸਭਾ ਬਣਾਈ ਹੁਣ ਤੋਂ ਜਿਹੜੀ ਕਿ ਕੈਨੇਡਾ ਵਿੱਚ ਵੀ ਔਰ ਇੰਡੀਆ ਦੇ ਵਿੱਚ ਹੀ ਬਲਕਿ ਆਲ ਓਵਰ ਵਰਲਡ ਦੇ ਵਿੱਚ ਆਸਟ੍ਰੇਲੀਆ ਵਿੱਚ ਵੀ ਇਟਲੀ ਵਿੱਚ ਵੀ ਉਹਦੇ ਬਣਚਾ ਉਹ ਕੋਲੀਆਂ ਜਾ ਰਹੀਆਂ ਨੇ ਮਾਂ ਬੋਲੀ ਪੰਜਾਬੀ ਨੂੰ ਪੰਜਾਬ ਪੰਜਾਬੀ ਤੇ ਪੰਜਾਬੀਏ ਚੋਂ ਪਰਫੁੱਲਤ ਕਰਨ ਲਈ ਜੀ ਉੱਥੇ ਸਾਡੇ ਹਰ ਮਹੀਨੇ ਸ਼ਤਕ ਸਮਾਗਮ ਹੁੰਦੇ ਨੇ ਉੱਥੇ ਡਾਕਟਰ ਕਥੂਰੀਆ ਨੇ ਇੱਕ ਵਿਸ਼ਵ ਪੰਜਾਬੀ ਭਵਨ ਬਣਾਇਆ ਜਿਹਦੀ ਕਿ ਇੱਕ ਲੋੜ ਸੀ ਜਿੱਥੇ ਇੱਕ ਕੋਈ ਐਸਾ ਘਰ ਸਾਨੂੰ ਚਾਹੀਦਾ ਸੀ ਇੱਕ ਐਸਾ ਸਨਹਾਲ ਚਾਹੀਦਾ ਸੀ ਜਿੱਥੇ ਬੈਠ ਕੇ ਮਾਂ ਬੋਲੀ ਪੰਜਾਬੀ ਦੀ ਗੱਲ ਕੀਤੀ ਜਾ ਸਕੇ ਮਾਂ ਬੋਲੀ ਪੰਜਾਬੀ ਬਾਰੇ ਇਤਿਹਾਸ ਲਿਖਿਆ ਜਾ ਸਕੇ ਮਾਂ ਬੋਲੀ ਪੰਜਾਬੀ ਲਈ ਕੁਝ ਸੰਵਾਦ ਰਚਾਇਆ ਜਾ ਸਕੇ ਪੜਿਆ ਜਾ ਸਕੇ ਜੀ ਤੋਂ ਇੱਕ ਤੇ ਉੱਥੇ ਕੈਨੇਡਾ ਦੇ ਵਿੱਚ ਹਰ ਮਹੀਨੇ ਸਮਾਗਮ ਹੁੰਦੇ ਨੇ ਇਹ ਸਿਰਫ ਪੰਜਾਬੀ ਸੱਭਾ ਨਹੀਂ ਅਨੇਕਾਂ ਭਾਂਤ ਭਾਂਦਿਆਂ ਉੱਥੇ ਸੰਸਥਾਵਾਂ ਬਣੀਆਂ ਨੇ ਓਕੇ ਔਰ ਮਾਂ ਬੋਲੀ ਪੰਜਾਬੀ ਨੂੰ ਪਰਫੋਰਮਰ ਕਰਨ ਲਈ ਕੀਤਾ ਜਾ ਰਿਹਾ ਉਪਰਾਲੇ ਕੀਤੇ ਜਾ ਰਹੇ ਨੇ ਬਾਕੀ ਮੈਂ ਮਾਂ ਬੋਲੀ ਪੰਜਾਬੀ ਨੂੰ ਅਕਸਰ ਮੈਂ ਕਿਉਂ ਫ੍ਰੀਲੈਂਸ ਰਾਈਟਰ ਹਾਂ ਜੀ ਜੀ ਮੈਂ ਇੰਡੀਆ ਦੀਆਂ ਖ਼ਬਰਾਂ 'ਚ ਵੀ ਪੰਜਾਬੀ ਟ੍ਰਿਬਿਊਨ ਅਜੀਤ ਜਾਗਬਾਨੀ ਜਾਗਰਣ ਔਰ ਕੈਨੇਡਾ ਦੀਆਂ ਖ਼ਬਰਾਂ 'ਚ ਵੀ ਈਵਨ ਨੋਰ ਅਪਨਿ ਅਮਰੀਕਾ ਦੇ ਵਿੱਚ ਜਿੰਦਿਆਂ ਖਾ ਰਹੇ ਤੁਹਾਡੇ ਮੈਂ ਆਪਣੇ ਆਰਟੀਕਲ ਮਾਂ ਬੋਲੀ ਜਿਸ ਤਰ੍ਹਾਂ ਪਿੱਛੇ ਆਰਟੀਕਲ ਲਿਖਿਆ ਸੀ ਦੇਖੋ ਪੰਜਾਬੀ ਉਹ ਪੰਜਾਬੀ ਨੂੰ ਭੁਲਾ ਦਿਓ ਜੀ ਜੀ ਬਹੁਤ ਮਕਬੂਲ ਹੋਇਆ ਸੀ ਲੋਕਾਂ ਮਿਲ ਬਹੁਤ ਅੱਛਾ ਤੋਂ ਕੋਸ਼ਿਸ਼ ਕਰਦੇ ਆ ਕਿ ਕਿਉਂਕਿ ਦੇਖੋ ਅਸੀਂ ਮੈਂ ਹੁਣ ਰਿਟਾਇਰਡ ਆ ਮੇਰੇ ਤੋਂ ਗੁਲਾਮ ਪਾਸ਼ਾ ਦੀ ਬਕਸੀਸ ਮੇਰੇ ਤੋਂ ਲਾਇਬਿਲਟੀ ਕੋਈ ਨਹੀਂ ਜੀ ਔਰ ਮੈਨੂੰ ਪੂਰੀ ਪਰਿਵਾਰ ਬੋਲੋਂ ਪੂਰੀ ਫੈਸਿਲਿਟੀ ਹੈ ਕਿ ਮੈਂ ਜੋ ਚਾਹਣਾ ਮਾਂ ਬੋਲੀ ਪੰਜਾਬੀ ਲਈ ਮੈਂ ਕਰ ਰਿਹਾ ਤੇ ਅਸੀਂ ਮੇਰੇ ਲੈਕਚਰ ਹੁੰਦੇ ਨੇ ਜੋ ਕਾਲਜਾਂ ਤੁਹਾਡੇ ਮੈਂ ਬੋਸਟਨ ਯੂਨੀਵਰਸਿਟੀ ਚ ਮੈਂ ਲੈਕਚਰ ਦੇ ਕੇ ਆਇਆ ਜੀ ਜੀ ਮਾਂ ਬੋਲੀ ਪੰਜਾਬੀ ਲਈ ਖਾਲਸਾ ਕਾਲਜ ਆ ਮੈਂ ਸਰ ਮੈਂ ਲੈਕਚਰ ਦੇ ਕੇ ਆਇਆ ਜੋ انڈیا ਜਾਂਦਾ ਮੈਂ ਜੀ ਜੀ ਹੁਸ਼ਿਆਰਪੁਰ ਗਵਰਨਮੈਂਟ ਕਾਲਜ ਸ਼ਿਆਰਪੁਰ ਮੇਰੇ ਲੈਕਚਰ ਆਮ ਸਕੂਲਾਂ ਚ ਕਾਲਜਾਂ ਚ ਬੱਚਿਆਂ ਚ ਲੈਕਚਰ ਹੁੰਦੇ ਨੇ ਮੇਰੇ ਤੋਂ ਇਸ ਕਰਕੇ ਕੋਸ਼ਿਸ਼ ਹੈ ਕਿ ਆਪਾਂ ਜਿੰਨਾ ਵੀ ਮਾਂ ਬੋਲੀ ਪੰਜਾਬੀ ਦੀ ਪਰਫੁੱਲਤਾ ਲਈ ਜਿੰਨਾ ਅਸੀਂ ਸੈਮੀਨਾਰ ਕਰਾਉਂਦੇ ਬੜੇ ਉੱਪ ਪਿੱਛੇ 2019 ਗੁਰੂ ਨਾਨਕ ਪਾਸ਼ਾ ਦੇ 550ਵੇਂ ਪ੍ਰਕਾਸ਼ ਪੁਰਬ ਤੇ ਅਸੀਂ ਸੈ ਪੰਜਾਬੀ ਪਰਫੁੱਲਤਾ ਕਿਵੇਂ ਹੋਵੇ ਉਥੇ ਚਾਰ ਅਸੀਂ ਬੜੇ ਇੰਟੈਲੈਕਚੁਅਲ ਬੁੱਧੀਜੀਵੀ ਲੈ ਸੀਗੇ ਜਿਹੜੇ ਆਪਣੇ ਗੁਰੂ ਨਾਨਕ ਦੇ ਯੂਨੀਵਰਸਿਟੀ ਅੰਮ੍ਰਿਤਸਰ ਦੇ ਡੀਨ ਆਇਓ ਸੀ ਸਤਿ ਸੁਖਦੇਵ ਸਿੰਘ ਐਂਡ ਹੀ ਵਾਸ ਵਨ ਆਫ ਥੈਮ ਅਸੀਂ ਚਾਰ ਉਥੇ ਸੋ ਇਸ ਕਰਕੇ ਤਰਾਂ ਤਰਾਂ ਇਹ ਭਰਾਲੇ ਤਨੋ ਮਨੋ ਜੀ ਜੀ ਅਸੀਂ ਕਰ ਰਹੇ ਹਾਂ ਔਰ ਅਸੀਂ ਪੂਰੀ ਤਰ੍ਹਾਂ ਮਖਲਸ ਆ ਪੰਜਾਬੀ ਜੀ ਤੁਸੀਂ ਜਿਹੜੀ ਕੈਲੀਫੋਰਨੀਆ ਚ ਪਿੱਛੇ ਜੇ ਕਾਨਫਰੰਸ ਹੋਈ ਹੈ ਉਹਦੇ ਵਿੱਚ ਵੀ ਬੜੀ ਵਧੀਆ ਇੱਕ ਤਕਰੀਰ ਦਿੱਤੀ ਸੀ ਉਹਦੇ ਕੁਝ ਸ਼ੇਅਰ ਬੋਲੇ ਸੀ ਤੁਹਾਨੂੰ ਕੀ ਮਹਿਸੂਸ ਹੋਇਆ ਇਹ ਸਾਰਾ ਕੁਝ ਦੇਖ ਕੇ ਮੈਂ ਸਭ ਤੋਂ ਪਹਿਲਾਂ ਇੱਕ ਚੀਜ਼ ਕਹਾਂਗਾ ਜਦੋਂ ਮੈਂ ਆਉਣਾ ਸੀ ਮੈਨੂੰ ਤੁਹਾਡੇ ਵੱਲੋਂ ਇੱਕ ਸੱਦਾ ਪੱਤਰ ਗਿਆ ਸੀਗਾ ਜੀ ਮੈਂ ਥੋੜਾ ਹਿਚ ਕਰ ਰਿਹਾ ਸੀ ਕਿਉਂਕਿ ਮੈਂ ਸੋਚਦਾ ਸੀ ਪਰ ਲੇਕਿਨ ਆ ਕੇ ਮੈਨੂੰ ਤਾਂ ਜਾਂ ਮੱਕੇ ਦਾ ਮੈਂ ਕਰ ਲਿਆ ਨਾ ਜੀਆਰਤ ਕਰ ਲਈ ਆ ਮੱਕਾ ਮਦੀਨਾ ਜਿਸ ਤਰ੍ਹਾਂ ਮੈਂ ਸੰਸ ਮੈਂ ਕੱਲ ਹੀ ਕੱਲ ਦੀ ਕੱਲ ਹੀ ਆ ਇਹ ਸਵੇਰ ਤੋਂ ਲੱਕੇ ਸ਼ਾਮ ਤੱਕ ਇੱਕ ਸਹਿਤ ਦਾ ਭਰਵਗ ਦਾ ਦਰਿਆ ਮੈਂ ਅੱਖਾਂ ਨਾਲ ਦੇਖਿਆ ਇੱਕ ਤੋਂ ਇੱਕ ਚੜ ਕੇ ਸਹਿਤਕਾਰ ਆਇਓ ਸੀਗੇ ਔਰ ਈਵਨ ਕਵੀ ਜਨ ਸੀਗੇ ਫਿਰ ਬੁੱਧੀ ਜੀ ਵੀ ਸਾਰੇ ਬੈਠੇ ਤੇ ਬੜਾ ਆਨੰਦ ਆਇਆ ਤੇ ਮੈਂ ਕੱਲ ਜਦੋਂ ਮੈਨੂੰ ਸਟੇਜ ਤੋਂ ਮੈਂ ਬੋਲ ਰਿਹਾ ਮੈਂ ਇੱਕ ਅਕਸਰ ਸ਼ੇਅਰ ਬੋਲਦਾ ਹੁੰਦਾ ਮੇਰੇ ਮਨ ਵਿੱਚ ਬਸਿਆ ਹੋਇਆ ਸ਼ੇਅਰ ਕਿਤੇ ਵੀ ਪੰਜਾਬੀ ਦੀ ਗੱਲ ਕਰਾਂ ਤਾਂ ਮੈਂ ਸ਼ੇਅਰ ਕਹਿਣਾ ਹੁੰਦਾ ਕਿ ਬੋਲੀ ਆਪਣੀ ਦੇ ਉੱਤੇ ਮਾਣ ਹੋਣਾ ਚਾਹੀਦਾ ਬੋਲੇ ਜਦੋਂ ਬੰਦਾ ਤੇ ਪਛਾਣ ਹੋਣਾ ਚਾਹੀਦਾ ਜੀ ਆਪਣੀ ਪਛਾਣ ਵਾਲਾ ਦੀਵਾ ਨਾ 부ਝਾ ਦਿਓ ਉਹ ਦੇਖਿਓ ਪੰਜਾਬੀਓ ਪੰਜਾਬੀ ਨੂੰ ਭੁਲਾ ਦਿਓ ਜੀ ਮੈਂ ਜਦੋਂ ਕੱਲ ਉਹ ਸ਼ੇਅਰ ਬੋਲ ਕੇ ਮੈਂ ਉਸ ਵਕਤ ਪ੍ਰਧਾਨੀ ਮੰਤਰੀ ਬੈਠਾ ਸੀਗਾ ਜਦੋਂ ਆਪਣੀ ਸੀਟ ਤੇ ਬੈਠਾ ਦੁਆਰਾ ਆ ਕੇ ਤਾਂ ਮੇਰੇ ਕੋਲ ਡਾਕਟਰ ਕਥੂਰੀਆ ਬੈਠੇ ਸੀਗੇ ਮੈਨੂੰ ਕਹਿੰਦੇ ਡਾਕਟਰ ਭਗਤ ਨੂੰ ਪਤਾ ਇਸ ਸ਼ਹਿਰ ਦਾ ਰਾਈਟਰ ਕੌਣ ਮੈਂ ਕਹਿੰਦੇ ਨਹੀਂ ਪਰ ਮਨਚੰਗਰ ਕਹਿੰਦੇ ਉਹ ਸਾਹਮਣੇ ਬੰਦਾ ਬੈਠਾ ਹਰਜਿੰਦਰ ਕੰਗ ਹਰਜਿੰਦਰ ਕੰਗ ਮੇਰਾ ਦਿਲ ਕਰੇ ਮੈਂ ਉਹਦੇ ਪੈਰ ਚੁੰਮਾਂ ਜਾਈ ਆਏ ਹੋਏ ਹੋਏ ਪਿਆਰ ਹੋਰ ਮੈਂ ਉਨជាਕੇ ਮਿਲੇ ਬੜੇ ਉਮਰ ਲਿਖਾਰੀ ਜੀ ਉਹ ਲਿਖਦੇ ਦਰਪੇਸ਼ੈਂਟ ਲਿਖਾਰੀ ਉਹਦਾ ਕੱਦ ਬਹੁਤ ਵੱਡਾ ਲਿਖਾਰੀ ਕਿਉਂਕਿ ਚਾਰ ਲਾਈਨਾਂ ਦੱਸ ਰਹੀਆਂ ਲੇਕਿਨ ਉਹ ਬੰਦਾ ਦਰবেশ ਇਨਸਾਨ ਕੋਈ ਉਹ ਚ ਬੋ ਮਜਾਜ ਨਹੀਂ ਔਰ ਇੰਨੇ ਪਿਆਰ ਨਾਲ ਮਿਲਿਆ ਔਰ ਮੈਂ ਅੱਜ ਵੀ ਚਾਹੇ ਤੁਹਾਡੇ ਸਟੂਡੀਓ ਚ ਬੈਠਾ ਇੱਥੇ ਹਰਜਿੰਦਰ ਕੰਗ ਨੂੰ ਮੇਰਾ ਸਲਾਮ ਹੈ ਐਡਾ ਅੱਛਾ ਇਹੋ ਜਿਹੇ ਰਾਈਟਰਾਂ ਦੀ ਮਾਂ ਬੋਲੀ ਨੂੰ ਜ਼ਰੂਰਤ ਹੈ ਬੋਲੀ ਲੋੜ ਬਹੁਤ ਲੋੜ ਆ ਅਖੀਰ ਵਿੱਚ ਅਸੀਂ ਜਾਨਣਾ ਚਾਹਾਂਗੇ ਕੋਈ ਪੰਜਾਬੀ ਮਾਂ ਬੋਲੀ ਬਾਰੇ ਸੰਦੇਸ਼ ਕੀ ਦੇਣਾ ਚਾਹੁੰਦੇ ਤੁਸੀਂ ਪੰਜਾਬੀ ਮਾਂ ਬੋਲੀ ਬੜੀ ਮਹਾਨ ਬੋਲੀ ਐ ਮੇਰੇ ਪਿਆਰੇ ਦਰਸ਼ਕੋ ਤੁਸੀਂ ਮੇਰੇ ਬੱਚੇ ਹੋ ਮੇਰੇ ਵੀਰ ਵੀ ਹੋ ਸਕਦੇ ਨੇ ਬਜ਼ੁਰਗ ਬੈਠੇ ਹੋਣਗੇ ਮੇਰੀਆਂ ਮਾਤਾਵਾਂ ਵੀ ਹੋ ਸਕਦੀਆਂ ਮੇਰੇ ਬੱਚਿਆਂ ਵੀ ਹੋ ਸਕਦੀਆਂ ਮੇਰੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਮਾਂ ਬੋਲੀ ਲਈ ਮਾਂ ਬੋਲੀ ਲਈ ਮੈਨੂੰ ਭੀਖ ਮੰਗਣੀ ਪੈ ਜਾ ਮੈਂ ਉਹ ਮੰਗਣ ਨੂੰ ਤਿਆਰ ਐ ਮਾਂ ਬੋਲੀ ਨੂੰ ਭੁੱਲ ਜਾਓਗੇ ਤੇ ਕੱਖਾਂ ਵਾਂਗ ਰੋਣ ਜਾਓਗੇ ਸ਼ੇਖ ਫਰੀਦ ਤੇ ਬੁੱਲੇ ਬਾਹੂ ਧੰਨ ਨਾਨਕ ਦੀ ਜਾਈ ਇਹ ਪੰਜਾਬੀ ਬੋਲੀ ਯਾਰੋ ਤੁਰ ਦਰਗਾਹੋਂ ਆਈ ਆਓ ਇਸ ਬੋਲੀ ਨੂੰ ਪਿਆਰ ਕਰੀਏ ਔਰ ਇਸ ਬੋਲੀ ਲਈ ਬਖਲਸ ਹੋਈਏ ਜੈ ਪੰਜਾਬ ਵਾਜੀਆ ਬਹੁਤ ਅੱਛੇ ਡਾਕਟਰ ਪ੍ਰਗਟ ਸਿੰਘ ਬੱਗਾ ਜੀ ਤੁਸੀਂ ਬਹੁਤ ਇੱਕ ਅਜਿਹੇ ਵਿਚਾਰ ਦਿੰਤੇ ਆ ਜਿਹੜੇ ਕਿ ਸਾਡੇ ਆਉਣ ਵਾਲੀ ਨਸਲ ਲਈ ਮੇਰੇ ਖਿਆਲ ਲ ਇੱਕ ਪ੍ਰੇਰਣਾ ਸਰੋਤ ਹੋਣਗੇ ਬਹੁਤ ਕੁਝ ਸਿੱਖੇ ਹੋਣਗੇ ਅੱਜ ਲੋੜ ਆ ਸਾਡੀ ਪੰਜਾਬੀ ਮਾਂ ਬੋਲੀ ਨੂੰ ਸਾਡੇ ਵਿਰਸੇ ਨੂੰ ਸਾਡੇ ਸੱਭਿਆਚਾਰ ਨੂੰ ਉਹਨੂੰ ਹਮੇਸ਼ਾ ਜਿਉਂਦਾ ਰੱਖਣ ਦੀ ਤੇ ਉਹ ਵਿਚਾਰ ਚਰਚਾ ਜਿਹੜੀ ਅੱਜ ਅਸੀਂ ਕੀਤੀ ਆ ਤੇ ਉਮੀਦ ਕਰਦੇ ਆਂਗੇ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਸਾਡਾ YouTube ਚੈਨਲ ਸਾਡਾ Instagram ਚੈਨਲ ਤੋਂ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਹੈਗੇ ਆ ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੇ ਤੁਸੀਂ ਟੀਵੀ 'ਚ ਇਹ ਇੰਟਰਵਿਊ ਪੂਰੀ ਨਹੀਂ ਸੁਣੀ ਸਾਡਾ ਜਿਸ ਤਰੀਕੇ ਨਾਲ ਪੰਜਾਬ ਮੀਲ ਯੂਐਸਏ ਟੀਵੀ ਦਾ ਨਾਮ ਆ ਉਸੇ ਤਰੀਕੇ ਨਾਲ ਸਾਡੇ ਸੋਸ਼ਲ ਮੀਡੀਆ ਵੀ ਹੈਗੇ ਆ ਸਾਰਿਆਂ ਨੂੰ ਸਬਸਕ੍ਰਾਈਬ ਕਰੋ ਉਹਨਾਂ ਨੂੰ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਮਰਜ਼ੀ ਇਸ ਤਰੀਕੇ ਦੀਆਂ ਜਿਹੜੀਆਂ ਮੁਲਾਕਾਤਾਂ ਉਹ ਤੁਸੀਂ ਦੇਖ ਸਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਸ ਜੀ